ਬਹੁਚਰਚਿਤ ਫਰਾਂਸੀਸੀ ਮਹਿਲਾ ਕਾਤਿਆਂ ਨਾਲ ਛੇੜਛਾੜ ਦੇ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੈਸ਼ਨਲ ਵੁਮੈਨ ਕਮਿਸ਼ਨ ਵਿੱਚ ਅਕਾਲੀ ਦਲ ਵੱਲੋਂ ਦਿੱਤੀ ਗਈ ਅਰਜ਼ੀ ਤੇ ਗੁਰਕਿਰਤ ਸਿੰਘ ਕੋਟਲੀ ਦਾ ਕਹਿਣਾ ਕਿ ਗੜੇ ਮੁਰਦੇ ਉਖਾੜ ਕੇ ਬਿਨਾਂ ਵਜ੍ਹਾ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਖੰਨਾ ਹਲਕੇ ਤੋਂ ਵਿਧਾਇਕ ਗੁਰਕਿਰਤ ਸਿੰਘ ਕੋਟਲੀ ਦਾ ਕਹਿਣਾ ਹੈ ਕਿ ਫਰਾਂਸੀਸੀ ਮਹਿਲਾ ਤੇ ਛੇੜਛਾੜ ਅਤੇ ਅਪਹਰਣ ਨਾਲ ਸੰਬੰਧਿਤ ਕਾਤਿਆ ਕੇਸ ਵਿੱਚ ਮੁੱਢੋ ਕੋਰਟ ਨੇ ਸਾਲ 1999 ਵਿੱਚ ਬਰੀ ਕੀਤਾ ਸੀ। ਕੋਟਲੀ ਦਾ ਕਹਿਣਾ ਹੈ ਕਿ ਅਕਾਲੀ ਦਲ ਤੇ 10 ਸਾਲ ਨਸ਼ਾ ਵੇਚਣ ਦਾ ਦੋਸ਼ ਹੈ, ਜਿਸ ਵਿੱਚ ਵਿਕਰਮਜੀਤ ਸਿੰਘ ਮੁੱਖ ਦੋਸ਼ੀ ਹੈ, ਜਿਸ ਦੇ ਚੱਲਦੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿੱਦ ਦੇ ਚੱਲਦਿਆਂ ਉਹਨਾਂ ਦੇ ਖਿਲਾਫ ਇਹ ਸ਼ੜਯੰਤਰ ਰਚਿਆ ਜਾ ਰਿਹਾ ਹੈ। ਦੇਖੀਏ, ਇਹ ਜੋ ਹੈ ਨਾ ਆਪਣਾ ਅਕਾਲੀ ਦਲ ਪੇ ਉੱਪਰ ਇਹ ਦੋਸ਼ ਲਗਤਾ ਆ ਰਿਹਾ ਹੈ ਕਿ ਉਹ ਉਹਨਾਂ ਨੇ ਨਸ਼ੇ ਵੇਚੇ ਹੈ ਪੰਜਾਬ ਮੇਂ 10 ਸਾਲ ਔਰ ਵਿਕਰਮ ਸਿੰਘ ਮਜੀਠੀਆ ਦੋਸ਼ੀ ਹੈ ਤੋ ਉਸਕੀ ਇਨਕੁਆਇਰੀ ਕੇ ਲੀਏ ਔਰ ਉਸਕੀ ਸਜ਼ਾ ਕੇ ਲੀਏ ਹਮਨੇ ਮੁੱਖ ਮੰਤਰੀ ਜੀ ਕੋ ਪੱਤਰ ਲਿਖਾ ਥਾ ਤੋ ਉਸਕੀ ਵਜ੍ਹਾ ਸੇ ਉਸ ਜਿੱਦ ਮੇਂ ਇਹ ਐਸੀ ਪੁਰਾਣੀ ਬਾਤੇ ਦੁਬਾਰਾ ਮਤਲਬ ਜੋ ਡੈਡ ਇਸ਼ੂਜ਼ ਹੈ ਉਨਕੋ ਲੈ ਕੇ ਆਉਣਾ ਚਾਹਤੇ ਹੈ ਔਰ ਇਸਮੇਂ ਐਸੀ ਪੂਰੀ ਆਨਰੇਬਲੀ ਕੋਰਟ ਨੇ ਔਰ ਉਸਕੋ ਮੁਝੇ ਬਰੀ ਕੀਆ ਹੁਆ ਹੈ ਔਰ ਦੋ ਵਾਰ ਲਗਾਤਾਰ ਮੈਂ ਖੰਨੇ ਕੇ ਹਲਕੇ ਕੀ ਲੋਗੋਂ ਕੀ ਸੇਵਾ ਕਰ ਰਹਾ ਹੂੰ ਤੋ ਯੇ ਤੋ ਪੁਰਾਣੇ ਕੇਸ ਅਬ ਕਿਆ ਹੈ ਕਿ ਅਕਾਲੀ ਦਲ ਕੇ ਪਾਸ ਕੋਈ ਇਸ਼ੂ ਨਹੀਂ ਹੈ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.